ਖੋਤੀ ਦੇ ਬੱਚੇ 16+ ਓਏ ਟੁੰਡਿਆ ਦਲਿਆ, ਕੋਈ ਸ਼ਰਮ ਕਰ ਦਲਿਆ, ਕੋਈ ਹਜ਼ਾ ਕਰ, ਲੋਕਾਂ ਦੀਆਂ ਫੋਨ ਕਰ ਕਰਕੇ ਸਭ ਦੀਆਂ ਤੂੰ ਮਿੰਨਤਾਂ ਕਰ ਰਿਹਾ ਮੇਰੇ ਖਿਲਾਫ਼ ਵੀਡੀਓ ਨਾ ਬਣਾਉਣਾ ਪਲੀਜ਼ ਮੇਰੇ ਖਿਲਾਫ਼, ਮੈਂ ਜੱਟੀ ਦੀ ਕੁੜੀ ਨੂੰ ਕੁਛ ਨਹੀਂ ਕਹਾਂਗਾ ਲੇਕਿਨ ਮੇਰੇ ਖਿਲਾਫ਼ ਵੀਡੀਓ ਨਾ ਬਣਾਉਣਾ ਪਲੀਜ਼ ਪਲੀਜ਼। ਅਤੇ ਉਹਨਾਂ ਨੂੰ ਕੀ ਦੱਸ ਰਿਹਾ ਕਿ ਸਿਰਫ ਇੱਕ ਔਰਤ ਦਾ ਮੁਕਾਬਲਾ ਕਰ ਸਕਦੇ ਹਾਂ, ਕਿਸੇ ਇੱਕ ਵੀ ਬੰਦੇ ਦਾ ਮੁਕਾਬਲਾ ਨਹੀਂ ਕਰ ਸਕਦੇ, ਅਸੀਂ ਛੋਟੀਆਂ ਛੋਟੀਆਂ ਖੁਸਰੀਆਂ ਵਾਂ, ਛੋਟੇ ਛੋਟੇ ਖੁਸਰ ਪੁਸਰ ਆ, ਹੈਂ ਉਹ ਦਿੱਲੀ ਦੇ ਆ ਬੱਚਿਆ, ਬੰਦਾ ਤੈਨੂੰ ਮਾਰ ਮਾਰ ਕੇ ਝੰਡਾ ਤੇਰੀ ਸ਼ਕਲ ਜਿਹੜੀ ਨਾ ਬਦਲ ਦੇਵੇ, ਆਪਣੇ ਆਪ ਤੋਂ ਤੂੰ ਪਹਿਚਾਨਣ ਤੂੰ ਰਹਿ ਜਾਵੇਂ, ਦਿੱਲੀ ਦੇ ਆ ਬੱਚਿਆ ਤੂੰ ਲੋਕਾਂ ਦੀ ਮਿੰਨਤਾਂ ਕਰਦਾ ਹੈਂ ਕੁੜੀ ਚੋਦਾ, ਕਦੇ ਤੂੰ ਮਿਸਟਰ ਰਾਈਟ ਨੂੰ ਫੋਨ ਕਰ ਰਿਹਾ, ਕਦੇ ਤੂੰ ਰਾਣੇ ਨੂੰ ਕਹਿ ਰਿਹਾ, ਕਦੇ ਕਿਹਨੂੰ ਕਹਿ ਰਿਹਾ ਮੇਰੇ ਖਿਲਾਫ਼ ਵੀਡੀਓ ਨਾ ਬਣਾਉਣਾ ਪਲੀਜ਼ ਪਲੀਜ਼ ਪਲੀਜ਼। ਉਹ ਦਿੱਲੀ ਦੇ ਬੱਚੇ ਇਹ ਤੇਰੀ ਔਕਾਤ ਹੈ, ਆਪਣਾ ਨੰਬਰ ਸੈਂਡ ਕਰ ਪਾਕਿਸਤਾਨ ਆ, ਤੈਨੂੰ ਪਾਕਿਸਤਾਨ 'ਚ ਪੁੱਛ ਲੈਂਦੇ ਹੈਂ, ਅਤੇ ਤੂੰ ਦਿੱਲੀ ਦੇ ਬੱਚੇ ਦੁਬਈ ਜਦੋਂ ਆਏਗਾ ਉਦੋਂ ਤੂੰ ਬਚਣਾ ਨਹੀਂ, ਅਤੇ ਤੂੰ ਪਾਕਿਸਤਾਨ 'ਚ ਤੇਰਾ ਕੁਛ ਕਰ ਲੈਂਦੇ, ਤੂੰ ਜ਼ਰਾ ਨੰਬਰ ਸੈਂਡ। ਦਿੱਲੀ ਦੀਆਂ ਬੱਚੀਆਂ ਉੱਥੇ ਬਹਿ ਕੇ ਤੂੰ ਉੱਥੇ ਬਹਿ ਕੇ ਤੇਰੀ ਮੈਂ ਛੋਟੀ ਰਿਮਸ਼ਾ ਨੂੰ ਚਦਵਾਵਾਂ ਰਜ਼ੀਆਂ ਨੇ ਅਤੇ ਉਹਨਾਂ ਨੂੰ ਵਾਪਸ ਕਰ ਦਿੱਤੀ, ਲਾਨਤ ਹਜ਼ਾਰ ਦਫ਼ਾ ਤੇਰੀ ਸ਼ਕਲ 'ਤੇ। ਇਹ ਕੁੜੀ ਚੋਦ ਆਪਣੀ ਭੈਣ ਦਾ ਵਿਆਹ ਕਰਨ ਗਿਆ ਸੀ ਹਰਾਮਜ਼ਾ, ਅਤੇ ਇੰਜ ਹੁੰਦੀ ਹੈ ਫਿਰ, ਇੰਜ ਲਾਹਨ ਤਾਂ ਪੈਂਦੀਆਂ ਨੇ, ਇੰਜ ਲਾਹਨ ਤਾਂ ਵੈਸੇ ਤੇਰੀ ਸ਼ਕਲ 'ਤੇ ਪਈਆਂ ਹੋਈਆਂ ਸਹੇਲੇ ਆ, ਇੰਜ ਲਾਹਨ ਤਾਂ ਪਈਆਂ ਨੇ ਉਹਨਾਂ ਨੇ ਅਗਲੇ ਦਿਨ ਇਹਦੀ ਭੈਣ ਮੋੜ ਦਿੱਤੀ ਕਿ ਇਹਦੀ ਫੁੱਦੀ ਵੀ ਨਹੀਂ ਫੁੱਦਾ ਵੀ ਨਹੀਂ ਫੁਦੇੜ ਬਣਿਆ ਹੋਇਆ। ਦਿੱਲੀ ਦੀਆਂ ਬੱਚੇ ਲਾਹਨ ਤੇਰੀ ਸ਼ਕਲ 'ਤੇ, ਠੀਕ ਹੈ, ਅਤੇ ਹੁਣ ਤੂੰ ਰਿਮਸ਼ਾ ਪੇਸ਼ ਕਰਨੀ ਹੈ, ਹੁਣ ਤੂੰ ਛੋਟੀ ਰਿਮਸ਼ਾ ਪੇਸ਼ ਕਰਨੀ। ਦਿੱਲੀ ਦੇ ਬੱਚੇ ਰਿਮਸ਼ਾ ਵੀ ਕਿਸੇ ਨੇ ਲੈਣੀ, ਸਭ ਨੂੰ ਪਤਾ ਅਜਮਾਨ ਜਿਹੜਾ ਤੂੰ ਆਪਣਾ ਚੱਕਲਾ ਚਲਾ ਚਲਾ ਕੇ ਚਲਾ ਚਲਾ ਕੇ ਚਲਾ ਚਲਾ ਕੇ ਦਿੱਲੀ ਦੇ ਬੱਚੇ, ਹੁਣ ਤੂੰ ਮਸੀ ਜਿਹੜੀ ਰਜ਼ੀਆ ਦੀ ਵਿਆਹ ਕੀਤਾ ਸੀ ਪੈਸੇ ਇਕੱਠੇ ਕਰ ਕਰਕੇ, ਅਤੇ ਹੁਣ ਤੂੰ ਉੱਠ ਕੇ ਅਤੇ ਤੂੰ ਉਹਨੂੰ ਵੀ ਤਲਾਕ ਹੋ ਗਈ ਆ ਅਗਲੇ ਦਿਨ ਹੀ, ਤਾਂ ਹੁਣ ਬਗੈਰ ਤਾਂ ਕੁੱਤੀ ਦਾ ਬੱਚਾ ਉਹ ਛੋਟੀ ਬੱਚੀ ਨੀਲਮ ਦਾ ਨਾਂ ਲਏਗਾ, ਤੇਰੀ ਮੈਂ ਬੁੰਡ ਪਾੜ ਦੇਣੀ ਜੇ ਦੁਬਾਰਾ ਕਿਸੇ ਵੀਡੀਓ 'ਚ ਉਹਦਾ ਨਾਂ ਲਿਆ। ਕੁੜੀ ਚੋਦਾ ਤੂੰ ਬਹੁਤਾ ਆਉਂਦਾ ਬੰਨ ਕੇ ਹਰਾਮਜ਼ਾਦੇ ਨਾਲ, ਉਹ ਬੂਲੀ ਕੁੱਤੇ ਦੀ ਉਹਦੀ ਬੁੰਡ ਵੈਸੀ ਦੇਗ ਵਰਗੀ ਉਹਦੇ 'ਚ, ਜੇ ਹੁਣ ਤੂੰ ਆਪਣੀ ਕਿਸੇ ਵੀਡੀਓ 'ਚ ਉਹ ਛੋਟੀ ਬੱਚੀ ਦਾ ਨਾਂ ਲਿਆ ਨੀਲਮ ਦਾ, ਠੀਕ ਹੈ, ਉਹਦਾ ਜ਼ਿਕਰ ਕੀਤਾ, ਮੈਂ ਤੇਰੀ ਬੁੰਡ ਜਿਹੜੀ ਸੁੱਕੀ ਤੇਰੀ ਬੁੰਡ ਆ ਨਾ ਚਿੜਿਆ ਟੁੰਡਿਆ ਚਿੜਿਆ, ਮੇਰੀ ਬਾਤ ਸੁਣੋ, ਮੇਰੇ ਸਪੋਰਟਰਸ ਜੋ ਵੀ ਦੇਖ ਰਹੇ ਨਾ, ਜੇ 16+ ਕੁੱਤੀ ਕਾ ਬੱਚਾ ਹਰਾਮਜ਼ਾਦਾ ਐਸਾ ਹੈ ਕਿ ਮੈਂ ਇਸਨੇ ਮੈਨੂੰ ਮਜਬੂਰ ਕਰ ਦਿਆ, ਮੈਂ ਆਫਿਸ ਮੈਂ ਬੈਠ ਕੇ ਵੀਡੀਓ ਨਹੀਂ ਬਣਾਤੀ, ਠੀਕ ਹੈ, ਮੈਂ ਆਫਿਸ ਮੈਂ ਬੈਠ ਕੇ ਵੀਡੀਓ ਨਹੀਂ ਬਣਾਤੀ, ਇਸ ਕੁੱਤੀ ਕੇ ਬੱਚੇ ਨੇ ਮੈਨੂੰ ਇਤਨਾ ਕੁ ਮਜਬੂਰ ਕਰ ਦਿਆ ਕਿ ਮੁਝਸੇ ਰਹਾ ਨਹੀਂ ਗਿਆ ਔਰ ਮੈਂ ਇੱਧਰ ਬੈਠੇ ਬੈਠੇ ਵੀਡੀਓ ਬਣਾ ਰਹੀ ਹੂੰ, ਠੀਕ ਹੈ, ਹਾਲਾਂਕਿ ਹਮਾਰੇ ਜੋ ਹੈ ਵੋ ਆਫਿਸ ਮੈਂ ਇਨ ਚੀਜ਼ੋ ਮੈਂ ਅਲਾਓ ਨਹੀਂ ਹੈ, ਪਹਿਲੇ ਮੈਂ ਬਣਾਤੀ ਹੋਤੀ ਥੀ ਲੇਕਿਨ ਹਮਾਰੇ ਅਲਾਓ ਨਹੀਂ ਹੈ। ਇਸ ਕੁੱਤੀ ਕੇ ਬੱਚੇ ਨੇ ਉਸ ਛੋਟੀ ਸੀ ਬੱਚੀ ਕਾ ਵੀ ਨਾਮ ਨਹੀਂ ਛੋੜਾ ਜੋ ਮੈਨੇ ਅਡੋਪਟ ਕੀ ਹੈ, ਠੀਕ ਹੈ, ਇੱਕ ਗਰੀਬ ਬੱਚੀ, ਇੱਕ ਵੋ ਮੰਗਣੇ ਵਾਲੀ ਬੱਚੀ ਕੋ ਮੈਨੇ ਅਡੋਪਟ ਕੀਆ, ਆਪਣੀ ਬੇਟੀ ਬਣਾਇਆ, ਇਸ ਦਿੱਲੀ ਕੇ ਬੱਚੇ ਨੇ ਉਸਕਾ ਵੀ ਨਾਮ ਲਿਆ। ਇਸ ਕੁੜੀ ਚੋਦ ਕੋ ਛੋੜਨਾ ਨਹੀਂ ਹੈ, 16+ ਇਸਕਾ ਨਾਮ ਹੈ ਸੁਹੇਲ ਗੁਜਰਾਂਵਾਲਾ, ਠੀਕ ਹੈ, ਅਤੇ ਕੁੱਤੀ ਦਾ ਬੱਚਾ ਆਪਣਾ ਨੰਬਰ ਦੇ